ਪੌਣੀ ਦੀ ਵੀਡੀਓ ਪਾਓ ਅਤੇ ਅਸੀਂ ਪੌਣੀ ਦੀ ਵੀਡੀਓ ਅੱਜ ਪਾਉਣ ਲੱਗੇ ਹਾਂ। ਉਮੀਦ ਕਰਦਾ ਸਾਰਿਆਂ ਨੂੰ ਵਧੀਆ ਲੱਗੂਗੀ ਅਤੇ ਐਂਡ ਤੱਕ ਜ਼ਰੂਰ ਵੇਖਿਓ। ਅਗਰ ਇਹ ਮਤਲਬ ਕਿ ਅਲੱਗ ਹੀ ਟਾਈਪ ਦੀ ਪੱਗ ਅਸੀਂ ਪੂ ਮਤਲਬ ਕਿ ਅੱਜ ਪੌਣੀ ਕਰਕੇ ਤੁਹਾਨੂੰ ਦਿਖਾਉਣੀ ਹੈ, ਜਿਵੇਂ ਸਾਡੇ ਵੱਟ ਬਿਲਕੁਲ ਵੱਟਾ ਵਾਲੀ ਹੋਊਗੀ, ਬਿਲਕੁਲ ਵੱਟ ਆਪਣੇ ਆਪ ਹੀ ਪੈ ਜਾਣੇ ਆ। ਇਹਦੇ ਲਈ ਕਰਨਾ ਕੁਝ ਨਹੀਂ, ਤੁਹਾਨੂੰ ਇੱਕ ਕੰਘੇ ਦੀ ਜ਼ਰੂਰਤ ਪੈਣੀ ਹੈ। ਦੇਖ ਲੈਣਾ ਜਿਹੜਾ ਤੁਸੀਂ ਮਤਲਬ ਕਿ ਸਿਰ ਵਿੱਚ ਨਹੀਂ ਮਤਲਬ ਪਾਇਆ ਹੋਇਆ ਉਹ ਵਾਲਾ ਕੰਘਾ ਯੂਜ਼ ਕਰ ਸਕਦੇ ਹੋ। ਦੇਖੋ ਕਿ ਖਾਸ ਕਰ ਲੱਕੜੀ ਵਾਲਾ ਹੋਵੇ, ਲੱਕੜੀ ਵਾਲੇ ਕੀ ਹੁੰਦੀ ਹੈ ਕਿ ਸ਼ੇਪ ਬਹੁਤ ਵਧੀਆ ਬਣੂਗੀ। ਅਤੇ ਵੀਡੀਓ ਨੂੰ ਐਂਡ ਤੱਕ ਬਣੇ ਰਹੋ, ਅਗਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਤੇ ਪੱਗ ਸਾਡੀ ਹੋਣ ਵਾਲੀ ਹੈ 5 ਮੀਟਰ ਦੀ, ਡਾਰਕ ਬਲੂ ਕਲਰ ਵਿੱਚ ਆਈ ਹੈ ਜੀ, ਦੇਖ ਸਕਦੇ ਹੋ। ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਊਗੀ। ਅਤੇ ਕਰਨਾ ਕੁਝ ਨਹੀਂ, ਪਹਿਲਾਂ ਦੀ ਤਰ੍ਹਾਂ ਪੱਗ ਨੂੰ ਅਸੀਂ ਬੰਨ ਲੈਂਦੇ ਹਾਂ, ਫਿਰ ਮਿਲਦੇ ਤੁਹਾਨੂੰ ਅੱਗੇ। ਅਤੇ ਪੱਗ ਅਸੀਂ ਇੱਥੇ ਬੰਨ ਲਈ ਹੈ, ਪਿੱਛੇ ਬੰਨੀ ਹੈ, ਇੱਥੇ ਨਾਲ ਹੀ ਬੰਨੀ ਹੋਈ ਹੈ ਅਸੀਂ ਪੱਗ। ਅਤੇ ਪੱਗ ਨੂੰ ਕਰਨਾ ਕੁਝ ਨਹੀਂ, ਤੁਸੀਂ ਬਸ ਬੰਨ ਕੇ ਉਹਨੂੰ ਜਿੱਦਾਂ ਪਹਿਲਾਂ ਦੀ ਤਰ੍ਹਾਂ ਪੂਣੀ ਕਰਦੇ ਹੋ ਉੱਦਾਂ ਕਰ ਲੈਣਾ। ਅਤੇ ਉਸ ਤੋਂ ਬਾਅਦ ਜਿਹੜਾ ਮੇਨ ਕੰਮ ਹੁੰਦਾ ਉਹ ਤੁਹਾਨੂੰ ਦੱਸਦੇ ਹਾਂ ਵੀਡੀਓ ਦੇ ਵਿੱਚ। ਅਤੇ ਵੀਡੀਓ ਲੱਗਦਾ ਤੁਹਾਨੂੰ ਪਸੰਦ ਆਊਗੀ, ਐਂਡ ਤੱਕ ਜ਼ਰੂਰ ਬਣੇ ਰਹੋ। ਅਗਰ ਸਕਿੱਪ ਕਰਦੇ ਹੋ ਤਾਂ ਬਿਲਕੁਲ ਪੂਣੀ ਕਰਨੀ ਨਹੀਂ ਸਿੱਖ ਪਾਓਗੇ। ਅਤੇ ਅਗਰ ਸਕਿੱਪ ਕਰਕੇ ਦੇਖਣੀ ਹੈ ਤਾਂ ਫਿਰ ਵੀਡੀਓ ਨੂੰ ਛੋੜ ਸਕਦੇ ਹੋ। ਜਿਹੜੇ ਪੱਗ ਬਣਨਾ ਚਾਹੁੰਦੇ ਆ ਉਹਨਾਂ ਲਈ ਇਹ ਪੱਗ ਬਹੁਤ ਹੀ ਖਾਸ ਹੋਣ ਵਾਲੀ ਹੈ। ਅਤੇ ਐਂਡ ਤੱਕ ਬਣੇ ਰਹੋ, ਦੱਸਦੇ ਤੁਹਾਨੂੰ ਅੱਗੇ ਦਾ ਪ੍ਰੋਸੈਸ। ਅਤੇ ਕਰਨਾ ਕੁਝ ਨਹੀਂ, ਮਾਈਕ ਨੂੰ ਸੈੱਟ ਕਰ ਲਈਏ, ਫਿਰ ਅੱਗੇ ਦਾ ਪ੍ਰੋਸੈਸ ਬਤਾਉਂਦੇ ਹਾਂ। ਜਿੱਦਾਂ ਕਿ ਤੁਹਾਡੀ ਇਹ ਪੱਗ ਪੂਣੀ ਹੈਗੀ ਹੈ ਜੀ। ਅਤੇ ਕਰਨਾ ਕੁਝ ਨਹੀਂ, ਦੇਖੋ ਕੰਘੇ ਦੇ ਵਿੱਚ ਜਿੰਨਾ ਹੋ ਸਕਦਾ ਕੰਘੇ ਨੂੰ ਪਾਉਣ ਦੀ ਕੋਸ਼ਿਸ਼ ਕਰਨੀ। ਦੇਖੋ ਕੰਘੇ ਦੇ ਨਾਲ ਇੱਦਾਂ ਤੁਸੀਂ ਕਰਨਾ ਹੈ ਤਾਂ ਤੁਹਾਡੇ ਵੱਟ ਆਪਣੇ ਆਪ ਹੀ ਪੈਣੇ, ਦੇਖ ਸਕਦੇ ਹੋ। ਧਿਆਨ ਦੇ ਨਾਲ ਕਰਨਾ ਹੈਗਾ, ਪੱਗ ਫੱਟ ਵੀ ਸਕਦੀ ਹੈ ਨੋਰਮਲੀ ਤਰੀਕੇ ਦੇ ਨਾਲ, ਨਹੀਂ ਜ਼ੋਰ ਵੀ ਨਹੀਂ ਲਾਉਣਾ, ਬਿਲਕੁਲ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਤੁਸੀਂ ਪੱਗ ਨੂੰ ਪੂਣੀ ਕਰਨਾ ਹੈ। ਅਗਰ ਤੁਸੀਂ ਜ਼ੋਰ ਲਾਉਂਦੇ ਹੋ ਤਾਂ ਪੱਗ ਤੁਹਾਡੀ ਫੱਟ ਵੀ ਸਕਦੀ ਹੈ, ਅਤੇ ਮੈਨੂੰ ਨਹੀਂ ਕਹਿਣਾ ਬਾਅਦ 6 ਮਿੰਟ 'ਚ। ਅਤੇ ਇਹ ਅਲੱਗ ਹੀ ਤਰੀਕਾ ਹੈ, ਜਿਹਨਾਂ ਤੁਹਾਡੇ ਵੱਟ ਬਿਲਕੁਲ ਪੈ ਜਾਣੇ, ਜਿਹਨਾਂ ਵੱਟਾਂ ਵਾਲੀ ਪੱਗ ਬਣਨ ਨੂੰ ਦਿੱਕਤ ਹੁੰਦੀ ਹੈ ਉਹਨਾਂ ਲਈ ਇਹ ਵੀਡੀਓ ਹੋਣ ਵਾਲੀ ਹੈ ਖਾਸ, ਬਹੁਤ ਹੀ ਖਾਸ ਹੋਣ ਵਾਲੀ ਹੈ। ਦੇਖ ਸਕਦੇ ਹੋ ਵੱਟ ਪੈ ਰਹੇ ਆ ਬਿਲਕੁਲ। ਅਤੇ ਅਗਲੀ ਵੀਡੀਓ ਵੱਟ ਇਹੀ ਪੱਗ ਬਣ ਕੇ ਤੁਹਾਨੂੰ ਦੱਸਣੀ ਹੈ ਨੈਕਸਟ ਵੀਡੀਓ 'ਚ ਜ਼ਰੂਰੀ। ਅਗਰ ਤੁਸੀਂ ਕਮੈਂਟ ਕਰੋਗੇ ਤਾਂ ਅਸੀਂ ਇਸ ਦੀ ਵੀਡੀਓ ਅੱਗੇ ਲੈ ਕੇ ਆਉਣੀ ਹੈ, ਅਗਰ ਤੁਸੀਂ ਕਮੈਂਟ ਕਰਦੇ ਹੋ ਤਾਂ। ਇਹਦਾ ਵੱਟ ਪਾ ਕੇ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਮਤਲਬ ਕਿ ਪੱਗ ਨੂੰ ਬੰਨਣਾ ਹੈ, ਬੰਨਣਾ ਬਿਲਕੁਲ ਵੱਟ ਪਏ ਹੋਣੇ ਆ, ਬਸ ਸਾਨੂੰ ਪੱਗ ਨੂੰ ਬਸ ਸਿਰ 'ਤੇ ਬਸ ਲੜਾਂ ਨੂੰ ਰੱਖਣਾ ਹੈਗਾ ਜੀ। ਦੇਖ ਸਕਦੇ ਹੋ ਤੁਹਾਡੇ ਸਾਹਮਣੇ ਹੀ ਹੈ, ਫੁੱਲ ਪਰੂਫ ਹੈ। ਆਈ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ, ਅਤੇ ਵੀਡੀਓ ਲਾਈਕ ਅਤੇ ਸਬਸਕ੍ਰਾਈਬ ਕਰਕੇ ਹੀ ਜਾਣਾ ਹੈ। ਅਤੇ ਮਿਲਦੇ ਹਾਂ ਨੈਕਸਟ ਵੀਡੀਓ 'ਤੇ। ਅਗਰ ਤੁਸੀਂ ਕਮੈਂਟ ਕਰ ਦਿੰਦੇ ਹੋ ਤਾਂ ਤੁਹਾਡੇ ਲਈ ਪੱਗ ਦੀ ਵੀਡੀਓ ਜ਼ਰੂਰ ਲੈ ਕੇ ਆਉਣੀ ਹੈ ਅਸੀਂ। ਅਗਲੀ ਵੀਡੀਓ ਪੱਗ ਦੀ ਹੋਊਗੀ, ਬਿਲਕੁਲ ਇੱਦਾਂ ਪੂਣੀ ਕਰਕੇ ਤੁਹਾਨੂੰ ਪੱਗ ਬਣ ਕੇ ਦਿਖਾਉਣੀ ਹੈ ਅਗਰ ਤੁਸੀਂ ਕਮੈਂਟ ਕਰੋਗੇ ਤਾਂ। ਅਤੇ ਮਿਲਦੇ ਹਾਂ ਨੈਕਸਟ ਵੀਡੀਓ 'ਚ, ਚੰਗੀ ਜੀ, ਅਤੇ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ।